ਹਰਜੀਤਾ ਮੂਵੀ ਹੈ ਜੋ ਮੇਰੇ ਜੀਵਨ ਕੇ ਬਹੁਤ ਜ਼ਿਆਦਾ ਕਰੀਬ ਹੈ। ਜਿਹੜੀ ਮੈਂ ਬਚਪਨ ਦੇ ਵਿੱਚ ਸ਼ਰਾਰਤਾਂ ਕਰਦਾ ਸੀ, ਜਿੱਦਾਂ ਮੈਂ ਹਾਕੀ ਸਟਾਰਟ ਕੀਤੀ, ਜਿੱਦਾਂ ਮੇਰੀ ਲਾਈਫ ਸ਼ੁਰੂ ਹੋਈ ਹਾਕੀ ਦੇ ਵਿੱਚ, ਉਹ ਸਾਰਾ ਕੁਝ ਉਸ ਦੇ ਵਿੱਚ ਦਿਖਾਇਆ। ਜਦੋਂ ਮੈਂ ਹਾਕੀ ਸਟਾਰਟ ਕੀਤੀ ਜਾਂ ਸਪੋਰਟਸ ਕਿੱਟ ਕਾਫੀ ਜ਼ਿਆਦਾ ਮਹਿੰਗੀ ਸੀਗੀ, ਜੋ ਵੀ ਇਕੁਇਪਮੈਂਟਸ ਆਪਾਂ ਨੂੰ ਚਾਹੀਦੇ ਹੁੰਦੇ ਹਾਕੀ ਦੇ ਵਿੱਚ ਉਹ ਕਾਫੀ ਜ਼ਿਆਦਾ ਮਹਿੰਗੇ ਸੀਗੇ, ਬਟ ਫਿਰ ਵੀ ਮੈਨੂੰ ਟਾਈਮ ਟੂ ਟਾਈਮ ਮਤਲਬ ਉਹ ਚੀਜ਼ਾਂ ਮਿਲਦੀਆਂ ਗਈਆਂ। ਜਿੱਦਾਂ ਵੀ ਮੇਰੀ ਫੈਮਿਲੀ ਨੇ ਕਾਫੀ ਮੇਰੀ ਹੈਲਪ ਕੀਤੀ ਇਸ ਚੀਜ਼ ਦੇ ਵਿੱਚ। ਇੱਕ ਜਰਮਨੀ ਦਾ ਪਲੇਅਰ ਸੀਗਾ, ਉਹ ਵਰਲਡ ਕੱਪ ਦੇ ਨਾਲ ਇੱਦਾਂ ਸੁੱਤਾ ਸੀਗਾ ਲੈ ਕੇ, ਅਤੇ ਉਹ ਮੈਨੂੰ ਕਾਫੀ ਜ਼ਿਆਦਾ ਮੇਰੇ ਦਿਲ ਨੂੰ ਛੂਹੀ ਉਹ ਵਾਲੀ ਫੋਟੋ, ਕਿਉਂਕਿ ਮੈਂ ਸਮਝ ਸਕਦਾ ਸੀਗਾ ਕਿ ਉਹਦੀ ਫੀਲਿੰਗ ਇੱਕ ਵਰਲਡ ਕੱਪ ਜਿੱਤਣ ਦੀ, ਉਹਦੀ ਫੀਲਿੰਗ ਕੀ ਹੋਊਗੀ ਉਹ ਇੱਕ ਟਰੋਫੀ ਦੇ ਨਾਲ ਸੁੱਤਾ। ਅਤੇ ਮੈਂ ਵੀ ਉਹੀ ਚੀਜ਼ ਨੂੰ ਲੈ ਕੇ ਹੀ, ਵੀ ਮੇਰਾ ਵੀ ਇੱਕ ਉਹੀ ਇੱਕ ਡ੍ਰੀਮ ਬਣ ਗਿਆ ਸੀਗਾ ਕਿ ਮੈਂ ਵੀ ਯਾਰ ਕੱਲ੍ਹ ਨੂੰ ਸਾਡਾ ਫਾਈਨਲ ਮੈਚ ਆ, ਅਤੇ ਮੈਂ ਕੁਛ ਵੀ ਹੋ ਜਾਓ ਟਰੋਫੀ ਜਿੱਤਣੀ ਆ ਵਰਲਡ ਕੱਪ ਵਾਲੀ, ਅਤੇ ਮੈਂ ਵੀ ਇੱਦਾਂ ਹੀ ਲੇਟ ਕੇ ਉਹਦੇ ਨਾਲ ਫੋਟੋ ਖਿਚਵਾਉਣੀ ਆ। ਇੱਕ ਮੇਰੇ ਲਈ ਇੱਕ ਚੈਲੰਜ ਬਣ ਗਿਆ ਸੀਗਾ ਇਸ ਚੀਜ਼ ਦਾ ਕਿ ਮੈਂ ਆਪਦੇ ਮਾਂ ਬਾਪ ਨੂੰ ਇੱਕ ਵਧੀਆ ਵਧੀਆ ਬੱਚਾ ਬਣ ਕੇ ਦਿਖਾਉਣਾ। ਅਤੇ ਹੁਣ ਉਹ ਜਦੋਂ ਪਿੰਡ ਦੇ ਵਿੱਚ ਤੁਰਦੇ ਆ ਤਾਂ ਇੱਦਾਂ ਲੋਕ ਉਹਨਾਂ ਨੂੰ ਕਹਿੰਦੇ ਕਿ ਹਰਜੀਤ ਦੇ ਮੰਮੀ ਪਾਪਾ ਜਾਂਦੇ ਆ। ਘੱਟ ਫਿਲਮਾਂ ਹੁੰਦੀਆਂ ਜਿਹੜੀਆਂ ਇੰਟਰਟੇਨਿੰਗ ਹੁੰਦੀਆਂ, ਸੋ ਲੋਕਾਂ ਨੂੰ ਲੱਗਦਾ ਹੈ ਕਿ ਇਹ ਡਰਾਈ ਹੋਊਗੀ, ਹੈ ਨਾ, ਉਹੀ ਇੱਕੋ ਹੀ ਗੱਲ ਹੋਊਗੀ ਮੋਟੀਵੇਸ਼ਨ ਜਾਂ ਐਂਡ ਜਿੱਤ ਜੋ, ਹੈ ਨਾ। ਹਿੰਦੀ ਸਿਨੇਮਾ 'ਚ ਫਿਰ ਵੀ ਸਪੋਰਟਸ ਫਿਲਮਾਂ ਨੂੰ ਲੋਕ ਸੀਰੀਅਸਲੀ ਲੈਂਦੇ ਆ, ਲਾਈਕ ਚੱਕਦੇ ਸੀਗੇ ਭਾਗ ਮਿਲਖਾ ਭਾਗ, ਮੈਰੀ ਕੌਮ, ਗੋਲਡ, ਹੈ ਨਾ। ਤਾਂ ਹਿੰਦੀ ਫਿਲਮਾਂ 'ਚ ਸਟਿਲ ਸਕੋਪ ਹੈਗਾ, ਬਟ ਪੰਜਾਬੀ ਫਿਲਮਾਂ 'ਚ ਥੋੜ੍ਹਾ ਜਿਹਾ ਇਸ਼ੂ ਹੈ। ਅਸੀਂ ਫਿਲਮ ਦੇਖੀ ਸੀਗੀ ਦੰਗਲ, ਅਤੇ ਐਮੀ ਨੇ ਚੰਡੀਗੜ੍ਹ ਦੇਖੀ ਸੀ, ਮੈਂ ਬੋਂਬੇ ਦੇਖੀ ਸੀਗੀ, ਅਤੇ ਫੋਨ 'ਤੇ ਸਾਡੀ ਗੱਲ ਹੋਈ ਦੋਨਾਂ ਦੀ ਕਿ ਯਾਰ ਪੰਜਾਬ 'ਚ ਆਪਾਂ ਕੁਝ ਸਪੋਰਟਸ 'ਤੇ ਕਰਦੇ ਹਾਂ ਨਾ। ਫਿਰ ਇੱਕ ਦੋ ਸਬਜੈਕਟ ਸੀਗੇ ਅਸੀਂ ਡਿਸਕਸ ਕਰਕੇ, ਐਂਡ ਦੈਨ ਉਹਨਾਂ ਦਿਨਾਂ 'ਚ ਹਰਜੀਤ ਸਿੰਘ ਦੀ ਉਹ ਪਿਕਚਰ ਵਾਇਰਲ ਹੋਈ ਸੀ ਵਿਦ ਵਰਲਡ ਕੱਪ, ਅਤੇ ਉਹ ਪਿਕਚਰ ਮੈਂ ਵੀ ਦੇਖੀ ਸੀ, ਉਹ ਮੈਨੂੰ ਬੜੀ ਇੰਟਰਸਟਿੰਗ ਲੱਗੀ ਸੀ, ਅਤੇ ਮੈਂ ਦੈਨ ਸਰਚ ਕੀਤਾ ਹਰਜੀਤ ਸਿੰਘ ਬਾਰੇ, ਅਤੇ ਮੈਨੂੰ ਜੋ ਉਹਦੇ ਬਾਰੇ ਆਰਟੀਕਲ ਸੀਗੇ ਉਹ ਬਹੁਤ ਇੰਟਰਸਟਿੰਗ ਸੀਗੇ। ਹਰਜੀਤ ਨੂੰ ਮੈਂ ਪਹਿਲੀ ਵਾਰੀ ਮਿਲਿਆ ਚੰਡੀਗੜ੍ਹ 'ਚ, ਉਹਨਾਂ ਦੇ ਚੰਡੀਗੜ੍ਹ ਦੇ ਕੋਲ ਉਹਨਾਂ ਦਾ ਪਿੰਡ ਹੈ ਕੁਰਾਲੀ, ਉੱਥੇ ਉਹਨਾਂ ਦੇ ਘਰ ਮਿਲਿਆ ਸੀਗਾ। ਔਰ ਮਤਲਬ ਹੀ ਇਜ਼ ਵੈਰੀ ਡਾਊਨ ਟੂ ਅਰਥ ਬੰਦੇ ਆ, ਬਹੁਤ ਮਤਲਬ ਬਹੁਤ ਹੀ ਸ਼ਾਂਤ ਔਰ ਬਹੁਤ ਹਾਰਡ ਵਰਕਰ ਬੰਦਾ ਹੈ, ਔਰ ਘੱਟ ਬੋਲਦਾ ਹੈ ਬਟ ਉਹਦਾ ਕੰਮ ਬੋਲਦਾ ਹੈ ਨਾ। ਹੀ ਇਜ਼ ਅ ਵੈਰੀ ਗੁੱਡ ਪਲੇਅਰ।